हाँ जी, सत श्री अकाल जी सारिआं नूं। अपने चैनल यूट्यूब फार्मर ते तुहाडा स्वागत है। ते अज आपां मौसम दी गल करन लगे आ। 11, 12, 13 इन्हां 3 दिनां दा जिहड़ा मौसम है पंजाब विच उह किस तरह दा रहण वाला है। जिवें कि आपां पिछली वीडियो विच सांझा कीता सी कि पंजाब दे कई इलाकिआं विच मींह आ जिहड़ा हल्के तों दरमियाना उह पै सकदा है। इस तरह जानकारी दित्ती अनुसार भी ਪੰਜਾਬ ਵਿੱਚ 9 ਅਤੇ 10 ਅਗਸਤ ਪੰਜਾਬ ਦੇ ਤਕਰੀਬਨ ਕਹਿ ਸਕਦੇ ਹਾਂ ਆਪਾਂ 30-40% ਏਰੀਏ ਵਿੱਚ ਜਿਹੜੇ ਮੀਂਹ ਪਿਆ ਹੈ, ਜਿਨ੍ਹਾਂ ਵਿੱਚ ਆਪਾਂ ਮੇਨ ਗਿਣੀਏ ਤਾਂ ਮੋਗਾ ਸਾਈਡ ਕਹਿ ਸਕਦੇ ਹਾਂ, ਇਸ ਤੋਂ ਇਲਾਵਾ ਲੁਧਿਆਣਾ, ਖੰਨਾ, ਸਮਰਾਲਾ, ਨਕੋਦਰ ਏਰੀਆ, ਜਲੰਧਰ, ਹੁਸ਼ਿਆਰਪੁਰ ਅਤੇ ਜਿਹੜੇ ਹੋਰ ਨੂਰ ਮਹਿਲ ਤੱਕ ਦੇ ਏਰੀਆ ਨੇ, ਇਹਨਾਂ ਵਿੱਚ ਕਹਿ ਸਕਦੇ ਹਾਂ ਆਪਾਂ ਹਲਕੀ ਤੋਂ ਦਰਮਿਆਨੀ ਜਿਹੜੀ ਛਿੱਟੇਦਾਰ ਤੋਂ ਲੈ ਕੇ ਮੱਧਮ ਵਰਖਾ ਹੋਈ ਹੈ। ਅਤੇ ਆਉਣ ਵਾਲੇ ਦਿਨ ਹਨ ਜਿਹੜੇ ਕਿ 11 ਅਗਸਤ ਨੂੰ ਕਹੀਏ ਤਾਂ ਤਕਰੀਬਨ ਪੰਜਾਬ ਵਿੱਚ 11 ਅਤੇ 12 ਅਗਸਤ ਇਹਨਾਂ ਦੋਨਾਂ ਦਿਨਾਂ ਵਿੱਚ ਪੰਜਾਬ ਵਿੱਚ ਮੌਸਮ ਹੈ ਜਿਹੜਾ ਰਲਮਾ ਮਿਲਮਾ ਬਣਿਆ ਰਹੇਗਾ। ਇਸ ਵਿੱਚ ਜ਼ਿਆਦਾ ਚਾਂਸ ਹਨ ਕਿ ਬੱਦਲਬਾਜੀ ਨਾਲ ਧੁੱਪ ਬਣੀ ਰਹੇਗੀ, ਪਰ ਜਿਹੜੇ ਕਈ ਇਲਾਕੇ ਹਨ ਜਿਨ੍ਹਾਂ ਵਿੱਚ ਆਪਾਂ ਇਲਾਕੇ ਮੇਨ ਤੌਰ 'ਤੇ ਗਿਣੀਏ ਤਾਂ ਆਪਾਂ ਕਹਿ ਸਕਦੇ ਹਾਂ ਲੁਧਿਆਣਾ ਸਾਈਡ, ਇਸ ਤੋਂ ਇਲਾਵਾ ਚੰਡੀਗੜ੍ਹ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਨਕੋਦਰ, ਨੂਰ ਮਹਿਲ ਏਰੀਆ, ਇਸ ਤੋਂ ਇਲਾਵਾ ਜਗਰਾਓਂ, ਮੋਗਾ ਏਰੀਆ, ਇਹਨਾਂ ਇਲਾਕਿਆਂ ਵਿੱਚ ਹੋ ਸਕਦਾ ਹੈ ਕਿ ਹਲਕੀ ਤੋਂ ਮੱਧਮ ਵਰਖਾ ਜਿਹੜੀ ਥੋੜ੍ਹੇ ਸਮੇਂ ਲਈ ਹੋ ਸਕਦੀ ਹੈ। ਕਿਉਂਕਿ ਜਿਹੜੇ ਪਹਾੜੀ ਇਲਾਕਿਆਂ ਵਿੱਚ ਇਸ ਸਮੇਂ ਮੌਨਸੂਨ ਕਾਫੀ ਕਹੀਏ ਤਾਂ ਆਪਾਂ ਗਤੀ ਵਿੱਚ ਚੱਲ ਰਿਹਾ ਹੈ। ਉਹਨਾਂ ਇਲਾਕਿਆਂ ਵਿੱਚ ਲਗਾਤਾਰ ਰੁਕ ਰੁਕ ਕੇ ਵਰਖਾ ਹੋ ਰਹੀ ਹੈ ਅਤੇ ਜਿਸ ਦੇ ਪ੍ਰਭਾਵ ਵਜੋਂ ਇਹਨਾਂ ਜਿਹੜੇ ਤਰਾਈ ਖੇਤਰ ਹਨ ਇਹਨਾਂ ਵਿੱਚ ਵਰਖਾ ਹੋਣ ਦੇ ਚਾਂਸ ਬਣੇ ਹੋਏ ਹਨ। ਅਤੇ ਇੱਕ ਜਿਹੜਾ ਲੋ ਪ੍ਰੈਸ਼ਰ ਏਰੀਆ ਤੁਸੀਂ ਇਹ ਦੇਖ ਸਕਦੇ ਹੋ ਇਸ ਸਮੇਂ ਆਪਣੀ ਸੈਟੇਲਾਈਟ ਤਸਵੀਰ ਵਿੱਚ, ਜਿਹੜਾ ਕਿ ਇਸ ਤਰ੍ਹਾਂ ਇਹ ਚੱਲਦਾ ਆਇਆ ਹੈ ਅਤੇ ਹੁਣ ਇਹ ਤਕਰੀਬਨ ਕਹੀਏ ਤਾਂ ਆਪਾਂ ਅਰਬ ਸਾਗਰ ਵਿੱਚ ਨਿਕਲ ਚੁੱਕਿਆ ਹੈ। ਅਤੇ ਜੇ ਹੁਣ ਜੇ ਪਹਿਲਾਂ ਇਸ ਦਾ ਪ੍ਰਭਾਵ ਸੀ ਜਿਹੜਾ ਕਿਤੇ ਨਾ ਕਿਤੇ ਪੰਜਾਬ ਉੱਤੇ ਹਲਕੇ ਤੋਂ ਦਰਮਿਆਨਾ ਪੈ ਰਿਹਾ ਸੀ, ਪਰ ਹੁਣ ਇਸ ਦੇ ਜਿਹੜਾ ਖਤਮ ਹੋਣ ਨਾਲ ਪੰਜਾਬ ਵਿੱਚ ਇਸ ਦਾ ਪ੍ਰਭਾਵ ਜਿਹੜਾ ਖਤਮ ਹੋ ਚੁੱਕਿਆ ਹੈ ਅਤੇ ਮੌਸਮ ਵਿੱਚ ਥੋੜ੍ਹਾ ਜਿਹਾ ਪਰਿਵਰਤਨ ਆਇਆ ਹੈ। ਸੋ ਇਹਨਾਂ 11, 12, 2 ਦਿਨ ਹਨ ਜਿਹੜੇ, ਇਹਨਾਂ ਦਿਨਾਂ ਦੌਰਾਨ ਜੇ ਮੌਸਮ ਦੀ ਆਪਾਂ ਸੰਖੇਪ ਵਿੱਚ ਗੱਲ ਕਰੀਏ ਤਾਂ ਮੌਸਮ ਤਕਰੀਬਨ ਬੱਦਲਬਾਜੀ ਨਾਲ ਧੁੱਪ ਵਾਲਾ ਬਣਿਆ ਰਹੇਗਾ। ਕਈ ਥਾਵਾਂ 'ਤੇ ਅਚਾਨਕ ਜਿਹੜੀ ਬੱਦਲਬਾਜੀ ਨਾਲ ਕਿਸੇ ਵੀ ਸਮੇਂ ਵਰਖਾ ਉਗਾ ਸਕਦੀ ਹੈ, ਪਰ ਕਿਸੇ ਵੀ ਸਮੇਂ ਜਿਹੜੇ ਕਹਿ ਸਕਦੇ ਆਪਾਂ ਲਗਾਤਾਰ ਭਾਰੀ ਵਰਖਾ ਹੁੰਦੀ ਹੈ ਜਿਹੜੀ ਉਹਦਾ ਕੋਈ ਵੀ ਚਾਂਸ ਨਹੀਂ ਹੈ। ਥੋੜ੍ਹੇ ਸਮੇਂ ਲਈ ਵਰਖਾ ਜਿਹੜੀਆਂ ਬਰਸਦੀ ਆਪਾਂ ਕਹਿ ਸਕਦੇ ਹਾਂ ਬੁਛਾਰਾਂ ਹੁੰਦੀਆਂ ਜਿਹੜੀਆਂ ਆਉਂਦੀਆਂ ਜਾਂਦੀਆਂ ਉਹ ਤਕਰੀਬਨ ਉਹ ਆਉਣ ਦੇ ਚਾਂਸ ਕਾਫੀ ਹਨ।